अपने कोल बुला रहा जिसते चलते जाना है वो रस्ता रा दिखा रहा विरसे दिया मैं का मेरे साहा विच रलिया मेरे पिंड दिया गलिया मेरे पिंड दिया गलिया मेरे पिंड दिया गलिया मेरे पिंड दिया गलिया सजरी सवेर वाली मिठी मिठी लोह होवे हर पास्यों पंजाब वाली आउंदी खुशबू होवे एक होवां मैं ते एक धरती पंजाब दी फेर नहीं कोई डर रब्बा जो होना सो होवे एक पासे महंगी गड्डी ते दूजे पासे ट्रैक्टर दी सवारी मैं क्या नज़ारा ही आ गया वैसे मैं कदे कदे सोचदा हाँ कि दुनिया वेखण दे चक्कर च मैं हाले तक चंगी तरह अपना पंजाब ही नहीं वेख्या दिन की शुरुआत तो बहुत वधिया हुई इस ट्रैक्टर की सवारी नाल ते हुण वारी है पिंड घूमण दी लो जी अज मैं जिस पिंड च आया हाँ उसका नाँ है पिंड बहलोलपुर तहसील समराला ते जिला लुधियाना सत श्री अकाल जी सत श्री अकाल सरपंच साहब का घर कित्थे आई है जे किसी भी पिंड नूं नेड़ियों वेखना होवे तां सब तो पहला उस पिंड दे सरपंच साहब नूं लब्भो ते बाकी काम उन्हां दा मेरा मतलब बाकी पिंड तों आप ही विखा देणगे ते इह है इत्थों दे सरपंच साहब दा घर डॉक्टर बलबीर सिंह जी सत श्री अकाल की हाल जी ठीक है जी बहुत बढ़िया मेरा नाम हरीश है हरीश वर्मा मैं दरअसल तुहाडे पिंड आया घूमण पिंड बारे जानण आया ਠੀਕ ਹੈ ਜੀ ਅਤੇ ਵੈਸੇ ਤਾਂ ਮੈਂ ਹੁਣ ਜਦੋਂ ਤੁਰਿਆ ਆ ਰਿਹਾ ਸੀ ਮੈਨੂੰ ਬੜਾ ਵਧੀਆ ਲੱਗ ਰਿਹਾ ਸੀ ਖੁੱਲੀਆਂ ਗਲੀਆਂ ਨੇ ਘਰ ਸੋਹਣੇ ਬਣੇ ਹੋਏ ਨੇ ਵਧੀਆ ਅਤੇ ਮੈਂ ਕਹਿੰਦਾ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਆ ਜਾਓ ਮੈਨੂੰ ਥੋੜ੍ਹਾ ਜਿਹਾ ਦੱਸ ਦਿਓ ਪਿੰਡ ਬਾਰੇ ਪਹਿਲਾਂ ਜੀ ਤੁਸੀਂ ਆਓ ਚਾਹ ਪਾਣੀ ਪੀਓ ਉਸ ਤੋਂ ਬਾਅਦ ਆਪਾਂ ਪਿੰਡ 'ਚ ਵੀ ਘੁੰਮਣ ਚੱਲਦੇ ਹਾਂ ਜੀ ਚਾਹ ਪਾਣੀ ਆਪਾਂ ਫਿਰ ਮੁੜ ਕੇ ਪੀ ਲੈਂਦੇ ਹਾਂ ਮੈਨੂੰ ਉਤਸੁਕਤਾ ਬਹੁਤ ਜ਼ਿਆਦਾ ਹੋਈ ਪਈ ਮੇਰੇ ਕੋਲ ਨਾ ਥੋੜ੍ਹੇ ਜਿਹੇ ਬੰਦੇ ਬੈਠੇ ਨੇ ਮੈਂ ਉਹਨਾਂ ਦੇ ਸਾਈਨ ਸੂਨ ਕਰ ਦੂੰਗਾ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਛਾ ਤੁਸੀਂ ਆਪਣਾ ਐਂ ਕਰੋ ਕੰਮ ਨਿਬੇੜ ਲਓ ਮੈਂ ਇੰਨੇ ਗੁਰਦੁਆਰਾ ਸਾਹਿਬ ਦਰਸ਼ਨ ਕਰ ਆਉਣਾ ਮੱਥਾ ਟੇਕ ਆਉਣਾ ਫਿਰ ਆ ਕੇ ਮੈਂ ਤੁਹਾਡੇ ਕੋਲ ਤੁਸੀਂ ਜਾਇਓ ਜੀ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਚੱਲਦਾ ਜੀ ਸਾਰੇ ਪਿੰਡ 'ਚ ਮੈਂ ਨਾਲ ਜਾਵਾਂਗਾ ਤੁਹਾਡੇ ਕੋਈ ਗੱਲ ਨਹੀਂ ਜੀ ਚੰਗਾ ਜੀ ਬੜੀ ਮਿਹਰਬਾਨੀ ਸਰਪੰਚ ਸਾਹਿਬ ਤਾਂ ਥੋੜ੍ਹੇ ਬਿਜ਼ੀ ਨੇ ਪਰ ਕੋਈ ਨਾ ਜਿੰਨੇ ਨੂੰ ਸਰਪੰਚ ਸਾਹਿਬ ਫ੍ਰੀ ਹੁੰਦੇ ਨੇ ਮੈਂ ਵੀ ਸੋਚਿਆ ਕਿਉਂ ਨਾ ਵਾਹਿਗੁਰੂ ਜੀ ਅੱਗੇ ਅਰਦਾਸ ਹੀ ਕਰ ਲਈ ਜਾਵੇ ਪਿੰਡਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ ਇਹ ਸੋਹਣੀ ਸੋਹਣੀ ਪੀਲੀ ਸਰੋਂ ਇਹ ਨਜ਼ਾਰੇ ਭਲਾ ਸ਼ਹਿਰਾਂ 'ਚ ਕਿੱਥੇ ਦਿਸਦੇ ਨੇ ਪਿੰਡਾਂ ਦੇ ਨਜ਼ਾਰਿਆਂ ਦਾ ਤੋੜ ਕੋਈ ਨਾ ਸਰੋਂ ਦੇ ਫੁੱਲਾਂ ਜਿਹਾ ਹੋਰ ਕੋਈ ਨਾ ਪਿੰਡਾਂ 'ਚ ਆ ਕੇ ਇੱਕ ਤਾਂ ਵੈਸੇ ਹੀ ਬੜਾ ਸਕੂਨ ਮਿਲਦਾ ਹੈ ਅਤੇ ਦੂਜਾ ਜੇ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਣ ਉਹ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਤਾਂ ਜਿਵੇਂ ਰੂਹ ਨੂੰ ਹੋਰ ਵੀ ਜ਼ਿਆਦਾ ਸ਼ਾਂਤੀ ਮਿਲਦੀ ਕਹਿੰਦੇ ਨੇ ਪਿੰਡ ਬਹਿਲੋਲਪੁਰ ਦੇ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਉਹਨਾਂ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਨੇ ਬਹਿਲੋਲਪੁਰ ਦੀ ਇਸ ਪਾਕ ਪਵਿੱਤਰ ਧਰਤੀ ਨੂੰ ਜੋ ਕਿ ਧਾਰਮਿਕ ਪੱਖੋਂ ਵੀ ਇਸ ਪਿੰਡ ਨੂੰ ਮਜ਼ਬੂਤ ਕਰਦੇ ਨੇ ਰੱਬ ਦਾ ਜਿੰਨਾ ਸ਼ੁਕਰ ਕਰਾਂ ਓਨਾ ਘੱਟ ਮੈਂ ਤਾਂ ਸਮਝਦਾ ਹਾਂ ਮੇਰੇ ਵਰਗੇ ਭੁੱਲੇ ਭਟਕੇ ਨੂੰ ਇਸ ਰਾਹੇ ਲਾਇਆ ਕਿ ਮੈਂ ਮੁੜ ਆਪਣੀ ਮਿੱਟੀ ਦੀ ਕੁੱਖ 'ਚ ਆਇਆ ਹਾਂ ਇਸ ਤੋਂ ਵੱਧ ਮੈਨੂੰ ਹੋਰ ਕੀ ਚਾਹੀਦਾ ਤੇਰਾ ਲੱਖ ਲੱਖ ਸ਼ੁਕਰ ਹੈ ਰੱਬਾ ਪੰਜਾਬ ਇਹ ਉਹ ਸੂਬਾ ਹੈ ਜਿਸ ਦੀ ਆਬਾਦੀ ਦੇਸ਼ ਦੀ ਆਬਾਦੀ ਦੀ ਸਿਰਫ 2.5% ਹੈ ਅਤੇ ਜੇ ਅਸੀਂ ਇਲਾਕੇ ਦੀ ਗੱਲ ਕਰੀਏ ਤਾਂ ਪੰਜਾਬ ਦਾ ਸੂਬਾ ਹਿੰਦੁਸਤਾਨ ਦਾ ਸਿਰਫ 1.5% ਹੈ ਇੱਕ ਛੋਟਾ ਜਿਹਾ ਸੂਬਾ ਮੇਰਾ ਪੰਜਾਬ ਸਰਪੰਚ ਸਾਹਿਬ ਕੀ ਹਾਲ ਚਾਲ ਮੈਂ ਕਰ ਰਿਹਾ ਦਰਸ਼ਨ ਜੀ ਬਹੁਤ ਵਧੀਆ ਬੈਠੀਏ ਵਧੀਆ ਲੱਗਿਆ ਜੀ ਗੁਰਦੁਆਰਾ ਵਧੀਆ ਲੱਗਿਆ ਜੀ ਨਿਬੜ ਗਏ ਜੀ ਕੰਮ ਸਾਰੇ ਹਾਂਜੀ ਨਿਬੜ ਗਏ ਚਲੋ ਬੜਾ ਵਧੀਆ ਹਾਂਜੀ ਹਾਂਜੀ ਆਪ ਕੀ ਪੜ੍ਹ ਰਹੇ ਹੋ ਆਪਣਾ ਅਖਬਾਰਾਂ 'ਚ ਵੀ ਆਉਂਦਾ ਜੀ ਆਪਣੇ ਪਿੰਡ ਬਾਰੇ ਇਤਿਹਾਸ ਅੱਛਾ ਜੀ ਹਾਂਜੀ ਹਾਂਜੀ ਓ ਵਾਹ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਇਤਿਹਾਸਕ ਪਿੰਡ ਬਹਿਲੋਲਪੁਰ ਕਿਆ ਬਾਤ ਹੈ ਜੀ ਇਹ ਪੁਰਾਣੇ ਮਖੋਰੇ ਨੇ ਜੀ ਅੱਛਾ ਇਹ ਸ਼ਿਵ ਮੰਦਰ ਹੈ ਜੀ ਇਹ ਗੁਰਦੁਆਰਾ ਸਾਹਿਬ ਅਤੇ ਇਸੇ ਗੁਰੂ ਸਾਹਿਬ ਆਏ ਸੀ ਵਾਹ ਜੀ ਵਾਹ ਇਹ ਤਾਂ ਮੇਰੀ ਉਤਸੁਕਤਾ ਹੋਰ ਵਧਾ ਦਿੱਤੀ ਜੀ ਇਹਨੇ ਹਾਂਜੀ 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 ਜਿਸ ਪਿੰਡ ਦਾ ਇਤਿਹਾਸ ਅਖਬਾਰਾਂ ਦੀਆਂ ਸੁਰਖੀਆਂ 'ਚ ਰਹਿੰਦਾ ਹੋਵੇ ਯਕੀਨੀ ਗੱਲ ਹੈ ਉਸ ਪਿੰਡ 'ਚ ਕੁਛ ਨਾ ਕੁਛ ਨਹੀਂ ਸਗੋਂ ਬਹੁਤ ਕੁਛ ਵੇਖਣ ਨੂੰ ਮਿਲੂ ਇੱਥੇ ਪੁਰਾਣੇ ਮਕਬਰੇ ਪ੍ਰਾਚੀਨ ਸ਼ਿਵ ਮੰਦਰ
ਇਤਿਹਾਸਕ ਗੁਰਦੁਆਰਾ ਸਾਹਿਬ, ਮਤਲਬ ਇੱਥੇ ਕੀ ਨਹੀਂ ਹੈ। ਅਖਬਾਰ ਦੀ ਇਸ ਖਬਰ ਨੇ ਬਹਿਲੋਲਪੁਰ ਨੂੰ ਵੇਖਣ ਦੀ ਮੇਰੀ ਤਾਂਘ ਨੂੰ ਜਿਵੇਂ ਹੋਰ ਵੀ ਵਧਾ ਦਿੱਤਾ। ਸਰਪੰਚ ਸਾਹਿਬ ਤੋਂ ਪਤਾ ਲੱਗਾ ਕਿ ਪਿੰਡ ਬਹਿਲੋਲਪੁਰ ਕਿਸੇ ਵੇਲੇ ਇੱਕ ਰਾਜੇ ਦਾ ਪਿੰਡ ਹੁੰਦਾ ਸੀ। ਉਸ ਰਾਜੇ ਦਾ ਨਾਮ ਬਹਿਲੋਦੀ ਰਾਜਾ ਸੀ, ਜਿਸ ਦੇ ਨਾਮ ਉੱਤੇ ਹੀ ਇਸ ਪਿੰਡ ਦਾ ਨਾਮ ਬਹਿਲੋਲਪੁਰ ਪਿਆ। ਅਤੇ ਹੁਣ ਬਿਨਾਂ ਦੇਰ ਕਿਤਿਆਂ ਵਾਰੀ ਹੈ ਇਸ ਪਿੰਡ ਬਹਿਲੋਲਪੁਰ ਨਾਲ ਰੂਬਰੂ ਹੋ ਜਾਣ ਦੀ। ਐਂ ਕਰੋ ਸਰਪੰਚ ਸਾਹਿਬ, ਮੇਰੀ ਹੁਣ ਗੁਜ਼ਾਰਿਸ਼ ਹੈ ਜੀ, ਤੁਹਾਨੂੰ ਮੈਨੂੰ ਲੈ ਕੇ ਚੱਲੋ ਇੱਥੇ, ਮੇਰੀ ਉਤਸੁਕਤਾ ਹੋਰ ਵੱਧ ਗਈ। ਇਹ ਤੁਹਾਨੂੰ ਸਾਰੀਆਂ ਜਗ੍ਹਾ ਆਪਾਂ ਦਿਖਾਉਂਦੇ ਹਾਂ ਜੀ। ਚਲੋ ਚੱਲੀਏ ਫਿਰ। ਮੈਂ ਗੱਡੀ ਕੱਢਾਂ ਜੀ ਫਿਰ? ਨਹੀਂ ਨਹੀਂ ਸਰਪੰਚ ਸਾਹਿਬ, ਗੱਡੀ ਨਹੀਂ, ਗੱਡੀ 'ਚ ਤਾਂ ਘੁੰਮਦੇ ਰਹੀਦਾ। ਹਾਂ ਜੀ, ਮੈਂ ਪਿੰਡ ਦੇ ਨਜ਼ਾਰੇ ਪੈਦਲ ਤੁਰ ਕੇ ਲੈਣੇ, ਕਦੇ ਟਰੈਕਟਰ 'ਤੇ ਲੈਣੇ। ਆਪਾਂ ਪਹਿਲਾਂ ਇਹ ਮਕਬਰਾ ਦੇਖਣਾ ਜੀ, ਦਿਖਾਉਂਦੇ। ਹਾਂ ਜੀ, ਚਲੋ ਠੀਕ ਹੈ ਜੀ, ਫਿਰ ਇਹਨੂੰ ਸੰਭਾਲੋ ਤੁਸੀਂ। ਹਾਂ ਜੀ ਹਾਂ, ਅਤੇ ਮੈਂ ਪਹੁੰਚਦਾ ਉੱਥੇ। ਠੀਕ ਹੈ ਜੀ, ਤੁਸੀਂ ਕਿੰਨੇ ਚਿਰ 'ਚ ਪਹੁੰਚੋਗੇ? ਬਸ ਮੈਂ ਆਇਆ ਜੀ, 5 ਮਿੰਟ 'ਚ ਮਿਲਦੇ ਹਾਂ ਉੱਥੇ। ਹਾਂ ਜੀ ਹਾਂ ਜੀ, ਚਲੋ ਜੀ। ਪੰਜਾਬ ਮੁੱਢੋਂ ਹੀ ਸਾਰਿਆਂ ਦਾ ਹਰਮਨ ਪਿਆਰਾ ਸੂਬਾ ਰਿਹਾ। ਗੱਲ ਅੰਗਰੇਜ਼ਾਂ ਦੀ ਹੋਵੇ ਜਾਂ ਫਿਰ ਉਸ ਤੋਂ ਪਹਿਲਾਂ ਇੱਥੇ ਰਾਜ ਕਰਦੇ ਰਹੇ ਮੁਗਲਾਂ ਦੀ। ਜਾਂ ਫਿਰ ਮੁਗਲਾਂ ਤੋਂ ਵੀ ਪਹਿਲਾਂ ਇੱਥੇ ਆਏ ਲੋਧੀਆਂ ਦੀ। ਦਰਅਸਲ ਲੋਧੀ ਹਕੂਮਤ ਵੇਲੇ ਵੀ ਅਤੇ ਮੁਗਲ ਹਕੂਮਤ ਵੇਲੇ ਵੀ ਪੰਜਾਬ ਹਮੇਸ਼ਾ ਹੀ ਇੱਕ ਅਹਿਮ ਸੂਬਾ ਰਿਹਾ। ਇਸ ਲਈ ਪੰਜਾਬ ਦੀ ਧਰਤੀ 'ਤੇ ਸੱਭੇ ਹੁਕਮਰਾਨਾਂ ਵੱਲੋਂ ਬਣਵਾਈਆਂ ਇਤਿਹਾਸਿਕ ਇਮਾਰਤਾਂ ਅੱਜ ਵੀ ਮੌਜੂਦ ਨੇ, ਜੋ ਕਿ ਆਪਣੇ ਆਪ 'ਚ ਮੇਰੇ ਵਰਗੇ ਕਈ ਨੌਜਵਾਨਾਂ ਲਈ ਇਤਿਹਾਸ ਦਾ ਜਿਉਂਦਾ ਜਾਗਦਾ ਰੂਪ ਨੇ। ਇਹ ਤਾਂ ਬਹੁਤ ਹੀ ਖੂਬਸੂਰਤ ਜਗ੍ਹਾ ਸਰਪੰਚ ਸਾਹਿਬ। ਇਹ ਪਹਿਲਾਂ ਇਹ ਤੋਂ ਵੀ ਬਹੁਤ ਅੱਛੀ ਜਗ੍ਹਾ ਸੀਗੀ। ਅੱਛਾ, ਮਤਲਬ ਮੈਨੂੰ ਗੱਲ ਦੱਸੋ, ਤੁਸੀਂ ਤਾਂ ਜਿਵੇਂ ਹੁਣ ਤੁਹਾਡਾ ਬਚਪਨ ਵੀ ਇੱਥੇ ਬੀਤਿਆ ਪਿੰਡ 'ਚ, ਇਹ ਤੁਹਾਡੇ ਛੋਟੇ ਹੁੰਦੇ ਤੋਂ ਐਵੇਂ ਦੇਖ ਰਹੇ? ਪਹਿਲਾਂ ਬਹੁਤ ਵਧੀਆ ਸੀ, ਇਹਦੇ ਆਲੇ ਦੁਆਲੇ ਬਹੁਤ ਬੜਾ ਬਾਗ ਬਗੀਚਾ ਲੱਗਿਆ ਹੋਇਆ ਸੀ। ਅੱਛਾ, ਪਹਿਲਾਂ ਤੇ ਬਾਉਂਡਰੀ ਸੀ? ਹਾਂ। ਤੇ ਕਦੋਂ ਢਈ ਇਹ? ਬਸ ਹੁਣ ਤਾਂ 30 ਸਾਲ ਪਹਿਲਾਂ ਮਸ਼ੀਨਰੀ ਯੁੱਗ ਹੋ ਗਿਆ, ਕਿਸੇ ਨੇ ਇੰਨੀ ਗੌਰ ਵੀ ਨਹੀਂ ਕਰੀ। ਇਹ ਪਹਿਲਾਂ ਤਾਂ ਬਹੁਤ ਵਧੀਆ ਸੁੰਦਰ ਬਣਾਇਆ ਸੀ। ਸਾਡੇ ਉਰੇ ਨਾ ਰਾਜਧਾਨੀ ਸੀ, ਇਹ ਬਹਿਲੋਦੀ ਰਾਜਾ ਸੀ ਸਾਡੇ, ਉਹਨਾਂ ਦੇ ਵਿੱਚੋਂ ਵਜ਼ੀਰ ਸੀ ਬਹਾਦਰ ਖਾਨ। ਇਹ ਮਕਬਰਾ ਉਹਨਾਂ ਨੇ ਬਣਾਇਆ ਸੀਗਾ ਉਹਨਾਂ ਦੇ ਟਾਈਮ ਦਾ, ਬਹੁਤ ਸੁੰਦਰ। ਅਸੀਂ ਵੀ ਉਰੇ ਆਉਂਦੇ ਰਹੇ ਛੋਟੇ ਛੋਟੇ ਹੁੰਦੇ, ਤੇ ਇੱਥੋਂ ਸੁਰੰਗੋ ਦੂਸਰੇ ਪਾਸੇ ਮਕਬਰੇ ਨੇ, ਉਹਨਾਂ ਨੂੰ ਜਾਂਦੀ ਹੈ। ਬਾਕੀ ਸਾਡੇ ਬਜ਼ੁਰਗ ਨੇ ਸਿਆਣੇ ਪਿੰਡ ਦੇ, ਇਹਨਾਂ ਨੂੰ ਮਿਲੋ ਤੇ ਮੈਂ ਜਾਣੂ ਦੁਬਾਰਾ ਤੇ ਉਹਨਾਂ ਨਾਲ ਗੱਲਬਾਤ ਕਰੋ, ਇਹਨਾਂ ਨੂੰ ਪਿੰਡ ਬਾਰੇ ਬਹੁਤ ਨੌਲੇਜ ਆ। ਓਕੇ ਜੀ, ਓਕੇ ਜੀ, ਓਕੇ। ਸਿੱਤਾ ਕੈਮ ਜੀ, ਹਾਂਜੀ ਹਾਂਜੀ, ਇਹ ਮੈਨੂੰ ਕੁਝ ਦੱਸੋ ਜੀ ਮਕਬਰੇ ਬਾਰੇ, ਆ ਜਾਓ। ਸਰਪੰਚ ਸਾਹਿਬ, ਕਿਆ ਬਾਤ ਹੈ, ਤੁਹਾਡੇ ਕੋਲ ਵੀ ਮਹਿੰਦਰਾ? ਹਾਂਜੀ ਹਾਂਜੀ, ਬਹੁਤ ਵਧੀਆ ਟਰੈਕਟਰ ਜੀ। ਅੱਛਾ ਜੀ, ਹਾਂ, 18 ਸਪੀਡ ਗੇਅਰ ਨੇ। 18 ਸਪੀਡ ਗੇਅਰ? ਹਾਂਜੀ ਹਾਂਜੀ, ਬਹੁਤ ਜਾਨਦਾਰ ਟਰੈਕਟਰ ਆ, ਬਹੁਤ ਵਧੀਆ ਜੀ। ਫਿਰ ਘੁਮਾਓਗੇ ਇਹ ਤੇ? ਹਾਂਜੀ ਹਾਂਜੀ, ਆਓ ਘੁੰਮੀਏ।
ਆਓ ਜੀ ਹਰੀਸ਼ ਜੀ, ਤੁਹਾਨੂੰ ਪੁਰਾਣੇ ਮਾਡਲ ਦੇ ਚੁੱਲ੍ਹੇ 'ਤੇ ਬਣਿਆ ਹੋਇਆ ਖਾਣਾ ਖਵਾਉਣਾ ਜੀ ਸਵੇਰ ਦੇ ਟਾਈਮ। ਓਏ ਹੋਏ 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 ਹੋਏ, ਕੀ ਬਾਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬੈਠੋ ਜੀ ਬੈਠੋ। ਆਹ ਕੀ ਬਣਾ ਰਹੇ? ਕਚੌਰੀਆਂ, ਗੁਲਗੁਲੇ ਕਚੌਰੀਆਂ ਬਣਾ ਰਹੇ। ਇਹ ਮਤਲਬ ਕੋਈ ਖਾਸ ਦਿਨ ਅੱਜ ਜਾਂ ਹੁਣ ਜੀ? ਨਹੀਂ, ਖਾਸ ਦਿਨ ਉਂਝੇ ਬਣਾ ਰਹੇ। ਅੱਛਾ, ਨਾਸ਼ਤੇ ਤੌਰ ਤੇ? ਕੀ ਬਾਤ ਹੈ, ਇੱਥੇ ਗੁਲਗੁਲੇ ਕਚੌਰੀਆਂ ਦਾ ਨਾਸ਼ਤਾ ਹੁੰਦਾ ਹੈ? ਹਾਂ ਜੀ ਹਾਂ ਜੀ, ਸਵੇਰੇ ਚੱਲਦਾ ਹੀ ਪਿੰਡਾਂ 'ਚ। ਮੈਂ ਵੀ ਖਾਣਾ ਚਾਹੁੰਗਾ ਜੀ ਗੁਲਗੁਲੇ ਕਚੌਰੀ। ਓਏ ਹੋਏ ਹੋਏ, ਕੀ ਬਾਤ ਹੈ। ਆਹ ਗਰਮ ਗਰਮ ਤੁਸੀਂ ਇਹ ਤੇ ਬਣਾਉਂਦੇ ਹੋ ਮਾਤਾ ਜੀ ਖਾਣਾ? ਹਾਂ ਪੁੱਤ, ਹਾਂ ਇਸੇ ਪਰ ਖਾਣਾ ਬਣਾਉਂਦੇ ਅਸੀਂ। ਅੰਗੀਠੀ ਕਹਿੰਦੇ ਅਸੀਂ, ਅੰਗੀਠੀ। ਹਾਂ ਜੀ ਹਾਂ ਜੀ ਹਾਂ। ਅੱਛਾ ਮਾਤਾ ਜੀ, ਜਿਵੇਂ ਹੁਣ ਗੁਲਗੁਲੇ ਤੁਸੀਂ ਬਣਾ ਰਹੇ ਹੋ, ਪਹਿਲਾਂ ਮੈਂ ਸੁਣਿਆ ਪਹਿਲਾਂ ਜ਼ਮਾਨੇ 'ਚ ਗੁੜ ਜ਼ਿਆਦਾ ਇਸਤੇਮਾਲ ਕਰਦੇ ਸੀ, ਅੱਜ ਕੱਲ੍ਹ ਚੀਨੀ ਦਾ ਇਸਤੇਮਾਲ ਹੋ ਗਿਆ, ਤਾਂ ਕਈ ਤਰ੍ਹਾਂ ਦੀ ਚੀਨੀ ਹੈਗੀ, ਇਹ 'ਚ ਕੀ ਪਾਇਆ? ਇਹਨਾਂ ਵਿੱਚ ਗੁੜ ਪਾਇਆ। ਗੁੜ ਪਾਇਆ? ਹਾਂ, ਮੈਨੂੰ ਗੁੜ ਦਾ ਹੀ ਸਵਾਦ ਸੀ, ਮੈਂ ਕਿਹਾ ਭੁਲੇਖਾ ਦੂਰ ਕਰਨਾ। ਤੁਸੀਂ ਇਸ ਪਿੰਡ ਦੀ ਨੂੰਹ ਹੋ? ਹਾਂਜੀ। ਤੇ ਤੁਸੀਂ ਦੂਸਰੇ ਪਿੰਡੋਂ ਆਏ ਹੋ, ਕਿੱਧਰੋਂ ਆਏ ਹੋ ਤੁਸੀਂ? ਮੈਂ ਬੌਂਦਲੀ। ਬੌਂਦਲੀ ਤੋਂ? ਹਾਂਜੀ। ਮਾਤਾ ਜੀ ਤੁਸੀਂ ਕਿੱਥੋਂ? ਬੱਟੀ ਨਾਨਾਵਾਲ। ਅੱਛਾ ਜੀ, ਅੱਛਾ। ਆਹ ਕਿੱਥੇ? 4 ਕਿਲੋਮੀਟਰ। ਇੱਥੋਂ 4 ਕਿਲੋਮੀਟਰ ਹੈ? ਇੱਥੇ ਹੈ ਮਤਲਬ ਨੇੜੇ? ਹਾਂਜੀ। ਅੱਛਾ, ਪੰਜਾਬ ਦਾ ਖਾਣ ਪਾਣ ਤਾਂ ਪੂਰੀ ਦੁਨੀਆ 'ਚ ਮਸ਼ਹੂਰ ਹੈ। ਮਤਲਬ ਪੰਜਾਬੀ ਜਿੰਨਾ ਆਪਣੇ ਵੱਡੇ ਦਿਲ ਅਤੇ ਜ਼ਿੰਦਾ ਦਿਲੀ ਲਈ ਜਾਣੇ ਜਾਂਦੇ ਨੇ, ਉਨਾ ਹੀ ਪੰਜਾਬ ਆਪਣੇ ਸ਼ਾਨਦਾਰ ਖਾਣੇ ਲਈ ਵੀ ਮਸ਼ਹੂਰ ਹੈ। ਅਤੇ ਜਦੋਂ ਮਿੱਟੀ ਦੇ ਚੁੱਲ੍ਹੇ ਦੀ ਮਿਠਾਸ ਦੇ ਨਾਲ ਮਿੱਠੇ ਮਿੱਠੇ ਗੁਲਗੁਲੇ ਹੋਣ, ਫਿਰ ਭਲਾ ਜੀ ਕਿਵੇਂ ਨਾ ਲਲਚਾਊ। ਅਤੇ ਨਾਲ ਹੀ ਬਣਦੀਆਂ ਗਰਮ ਗਰਮ ਕਚੌਰੀਆਂ, ਆਏ ਹਾਏ 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 ਰੱਬਾ, ਦੇਖਣ ਨੂੰ ਇੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਨੇ, ਅਤੇ ਕਚੌਰੀਆਂ ਖਾਣ ਨੂੰ ਕਿੰਨੀਆਂ ਕੁ ਸਵਾਦ ਹੋਣਗੀਆਂ। ਅੱਜ ਗੁਲਗੁਲੇ ਬਣਦਿਆਂ ਵੇਖ ਮੈਨੂੰ ਮੇਰੀ ਬੇਬੇ, ਮੇਰਾ ਮਤਲਬ ਮੇਰੀ ਦਾਦੀ ਚੇਤੇ ਆ ਗਈ। ਰੱਬ ਨੇ ਇਹ ਬਖਸ਼ ਵੀ ਸਾਡੀਆਂ ਮਾਵਾਂ ਭੈਣਾਂ ਨੂੰ ਹੀ ਬਖਸ਼ੀ ਹੈ, ਕਿੰਨੇ ਚਾਹ ਨਾਲ ਸਾਡੇ ਲਈ ਇੰਨਾ ਸਵਾਦ ਖਾਣਾ ਬਣਾਉਂਦੀਆਂ ਨੇ। ਇੱਕ ਕੱਚੀ ਕੰਧ ਵਾਲੀ ਰਸੋਈ ਹੋਵੇ, ਦੂਜਾ ਮਿੱਟੀ ਦਾ ਚੁੱਲ੍ਹਾ ਹੋਵੇ, ਅਤੇ ਉੱਤੇ ਧਰੀ ਕੜਾਹੀ 'ਚ ਬਣਦੀਆਂ ਕਚੌਰੀਆਂ ਅਤੇ ਗੁਲਗੁਲੇ ਹੋਣ, ਫਿਰ ਮੈਂ ਭਲਾ ਰੁਕ ਸਕਦਾ? ਨਹੀਂ, ਮਤਲਬ ਕੁਕਿੰਗ ਦੇ ਥੋੜ੍ਹੇ ਜਿਹੇ ਗੁਣ ਮੈਂ ਵੀ ਲੈ ਹੀ ਲਏ। ਖਾਣ ਨੂੰ ਸੌਖਾ ਲੱਗਦਾ ਹੈ ਸਭ ਕੁਛ, ਪਰ ਬਣਾਉਣ ਨੂੰ ਸੱਚੀ ਬਹੁਤ ਔਖਾ ਹੈ। ਜ਼ਿੰਦਗੀ 'ਚ ਪਹਿਲੀ ਵਾਰ ਮੈਂ ਕਚੌਰੀ ਤਲੀ ਹੈ ਮਾਤਾ ਜੀ। ਬਹੁਤ ਵਧੀਆ ਰਿਹਾ ਤੁਹਾਨੂੰ ਮਿਲਣਾ, ਨਾਲੇ ਗੁਲਗੁਲੇ ਬਹੁਤ ਸਵਾਦ ਨੇ ਤੁਹਾਡੇ, ਅਤੇ ਤੁਸੀਂ ਰੱਖੋ ਖਿਆਲ ਆਪਣੀ ਸਿਹਤ ਦਾ। ਹੈ ਚੰਗਾ, ਸਤਿ ਸ਼੍ਰੀ ਅਕਾਲ। ਚੰਗਾ, ਪਤਾ ਚੱਲੀਏ ਫਿਰ। ਚਲੋ ਜੀ, ਚਲੋ। ਚੰਗਾ ਜੀ। ਪੰਜਾਬੀ ਖਾਣੇ ਦੇ ਨਾਲ ਨਾਲ ਇੱਕ ਹੋਰ ਪੰਜਾਬ ਦੀ ਇਹੋ ਜਿਹੀ ਚੀਜ਼ ਜੋ ਕਿ ਸਾਰੀ ਦੁਨੀਆ 'ਚ ਬਹੁਤ ਮਸ਼ਹੂਰ ਹੈ, ਉਹ ਹੈ ਪੰਜਾਬੀ ਮਿਊਜ਼ਿਕ। ਪੰਜਾਬ 'ਚ ਨੌਜਵਾਨਾਂ ਨੂੰ ਸੰਗੀਤ ਦਾ ਬਹੁਤ ਸ਼ੌਂਕ ਹੈ, ਅਤੇ ਇਸ ਪੱਖੋਂ ਵੀ ਬਹਿਲੋਲਪੁਰ ਪਿੱਛੇ ਨਹੀਂ। ਨਹੀਂ ਯਕੀਨ ਆਉਂਦਾ ਤਾਂ ਆਹ ਸੁਣੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਕੀ ਬਾਤ ਹੈ। ਬੈਠੋ ਬੈਠੋ ਤੁਸੀਂ, ਬੈਠੋ। ਕੋਈ ਨਹੀਂ, ਬੈਠੋ ਜੀ। ਤੁਹਾਨੂੰ ਵੀ ਬੰਦ ਕਰ ਕਰਤਾ ਬਈ, ਕਰੋ ਸ਼ੁਰੂ, ਕਰੋ ਕਰੋ ਸ਼ੁਰੂ ਕੰਮ। ਇਹ ਹੋ ਕੀ ਰਿਹਾ ਸਰਪੰਚ ਸਾਹਿਬ? ਇਹ ਸੱਭਿਆਚਾਰਕ ਕਲੱਬ ਬਣਾਇਆ ਜੀ ਮੁੰਡਿਆਂ ਨੇ। ਅੱਛਾ ਜੀ, ਇਹ ਉਹਦੀ ਪ੍ਰੈਕਟਿਸ ਕਰ ਰਹੇ ਨੇ ਜੀ। ਵਾਹ ਬਈ ਵਾਹ। ਢੋਲਕੀ ਨਾਲ ਤੁੰਬੀ? ਹਾਂ ਜੀ ਹਾਂ ਜੀ, ਚਿਮਟਾ ਵੀ। ਚਿਮਟਾ ਵੀ? ਅੱਛਾ, ਫਿਰ ਸੁਣਾ ਦਿਓ ਫਿਰ ਕੁਛ। ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਜੱਗਾ ਜੰਮਿਆ ਜੰਮਿਆ ਤੇ ਮਿਲਣ ਵਧਾਈਆਂ, ਕਿ ਵੱਡਾ ਹੋਇਆ ਡਾਕੇ ਮਾਰਦਾ ਪੂਨਾ ਪੂਨਾ, ਤੇ ਮਾਂ ਕੋਲ ਵਿਛੜ ਗਿਆ ਵੇ ਪੁੱਤ ਸੂਰਮਾ, ਮਾਂ ਕੋਲ ਵਿਛੜ ਗਿਆ ਵੇ ਪੁੱਤ ਸੂਰਮਾ ਸੂਰਮਾ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਤਾੜੀਆਂ ਜੀ, ਤਾੜੀਆਂ ਤਾੜੀਆਂ। ਰੰਗ ਬੰਨਤਾ ਤੁਸੀਂ, ਚੰਗਾ ਸਮਾਂ ਬੰਨਿਆ ਮਿੱਤਰੋ। ਆਪਣਾ ਨਾਮ ਦੱਸੋ ਤੁਹਾਡਾ, ਤੁਹਾਡਾ ਨਾਮ ਕੀ ਹੈ ਜੀ? ਬਲਵੀਰ ਸਿੰਘ ਹੈ ਜੀ। ਬਲਵੀਰ ਸਿੰਘ ਜੀ ਤੁਹਾਡਾ? ਲਖਵੀਰ ਸਿੰਘ ਜੀ। ਤੁਹਾਡਾ ਜੀ? ਸਰਵਜੀਤ ਸਿੰਘ। ਤੁਹਾਡਾ? ਸੋਨੂੰ ਹੈ ਜੀ। ਸਤਵਿੰਦਰ ਸਿੰਘ ਜੀ। ਹਰਜੀਤ ਸਿੰਘ। ਕੀ ਬਾਤ ਹੈ, ਤੁਹਾਡੇ ਸਭ ਲਈ ਜ਼ੋਰਦਾਰ ਤਾੜੀਆਂ। ਮੌਸਮ ਇਸ ਵੇਲੇ ਦੇਖੋ, ਧੁੰਦ ਛਾਈ ਹੋਈ ਹੈ, ਦੁਪਹਿਰ ਦੇ ਵੇਲੇ 'ਚ ਵੀ ਹੈ,
ਪਰ ਤੁਸੀਂ ਉੱਥੋਂ ਇੰਨੇ ਸੋਹਣੇ ਸੋਹਣੇ ਗੀਤ ਸੁਣਾਤੇ ਹੈ, ਢੋਲਕੀ ਤੂੰਬੀ ਚਿਮਟਾ ਕਿਆ ਬਾਤ ਹੈ, ਤਿੰਨੇ ਸਾਜ਼ਾਂ ਨਾਲ ਹੈ ਉੱਥੋਂ ਤੁਹਾਡੀ ਐਨ ਗੜਕਵੀਂ ਆਵਾਜ਼, ਬਹੁਤ ਵਧੀਆ ਨਜ਼ਾਰੇ ਆ ਗਏ ਜੀ। ਇਹ ਤੁਸੀਂ ਮੈਨੂੰ ਦੱਸੋ ਤੁਹਾਡਾ ਕਲੱਬ ਦਾ ਹੈ ਜਿਵੇਂ ਸਰਪੰਚ ਸਾਹਿਬ ਦੱਸਦੇ ਸੀ? ਹਾਂਜੀ ਹਾਂਜੀ ਹਾਂਜੀ। ਪਿੰਡ ਦਾ ਕੀ ਨਾਂ ਕਲੱਬ ਦਾ? ਨੌਜਵਾਨ ਕਲੱਬ। ਮਿਊਜ਼ਿਕ ਕਲੱਬ। ਠੀਕ ਹੈ, ਮਿਊਜ਼ਿਕ ਕਲੱਬ। ਪਿੰਡ 'ਚ ਹੀ ਗਾਉਂਦੇ ਹੋ ਜਾਂ ਬਾਹਰ ਵੀ ਪ੍ਰੋਗਰਾਮ ਵਗੈਰਾ ਲਾਉਣ ਜਾਂਦੇ ਹੋ? ਪਰਫਾਰਮ ਸਕੂਲ 'ਚ ਕਰ ਲਈਦਾ ਜੀ। ਅੱਛਾ, ਸਕੂਲਾਂ ਵਗੈਰਾ 'ਚ? ਰਾਮਲੀਲਾ ਹੁੰਦੀ ਪਿੰਡ 'ਚ, ਉਹ 'ਚ ਪਰਫਾਰਮ ਕਰ ਲਈਦਾ। ਅੱਛਾ ਹਾਂਜੀ, ਚਲੋ ਬੜਾ ਵਧੀਆ ਜੀ। ਫਿਰ ਤਾਂ ਕਿਵੇਂ ਇਹਦੀ ਇਹਦੀ ਪ੍ਰੈਕਟਿਸ ਕਿਵੇਂ ਕਰਦੇ ਹੋ? ਪ੍ਰੈਕਟਿਸ ਬਸ ਜਿਵੇਂ ਆ ਹੋ ਰਹੀ। ਹਾਂਜੀ ਹਾਂ, ਇਕੱਠੇ ਹੋ ਜਾਈਦਾ ਜੀ, ਫਿਰ ਪ੍ਰੈਕਟਿਸ ਸ਼ੁਰੂ ਕਰ ਦਈਦੀ। ਠੀਕ ਹੈ, ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋਵੋਗੇ ਉਦੋਂ ਵੀ ਪਿੰਡ ਇਕੱਠਾ ਹੋ ਜਾਂਦਾ ਲਾਜ਼ਮੀ ਹੈ? ਉਹ ਤਾਂ ਫਿਰ ਜਦੋਂ ਗਾਇਕੀ ਸ਼ੁਰੂ ਹੋ ਜਾਂਦੀ ਫਿਰ ਤਾਂ ਆਟੋਮੈਟਿਕਲੀ ਸਭ ਨੇ ਇਕੱਠੇ ਹੋਣਾ, ਬਣਨਾ ਸ਼ੁਰੂ ਹੋ ਜਾਂਦਾ ਜੀ। ਲਓ ਜੀ, ਫਿਰ ਮੈਂ ਤਾਂ ਤੁਹਾਡੇ ਪਿੰਡ ਘੁੰਮਣ ਆਇਆ ਸੀ ਮਿੱਤਰੋ, ਸਰਪੰਚ ਸਾਹਿਬ ਇੱਧਰ ਨੂੰ ਲੈ ਆਏ, ਮੈਂ ਸੁਣਿਆ ਇੰਨਾ ਸੋਹਣਾ ਗਾਉਂਦੇ ਪਏ ਹੋ, ਮੈਂ ਕਿਹਾ ਬਹਿ ਹੀ ਜਾਈਏ ਦੋ ਘੜੀ, ਹੁਣ ਮੈਨੂੰ ਇਜਾਜ਼ਤ ਦਿਓ, ਮੈਂ ਹੋਰ ਪਿੰਡ ਘੁੰਮਣਾ। ਅੱਛਾ, ਮੈਨੂੰ ਦੋ ਲੈਣਾ ਹੋਰ ਸੁਣਾ ਦਿਓ ਜਾਣ ਲੱਗਿਆ। ਉਹ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ, ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ, ਨੀ ਸੀਟੀ ਉੱਤੇ ਬਹਿ ਜਾ ਬੱਲੀਏ, ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਨੀ ਬਾਬਿਆਂ ਦੇ ਚੱਲ ਚੱਲੀਏ। ਮਹਿਫਿਲ ਚੋਂ ਉੱਠ ਕੇ ਆਉਣਾ ਬਹੁਤ ਔਖਾ ਹੁੰਦਾ, ਪਰ ਕੀ ਕਰਦਾ, ਹਾਲੇ ਪਿੰਡ ਵੇਖਣਾ ਬਾਕੀ ਹੈ। ਉਹ ਕਹਿੰਦੇ ਨੇ ਨਾ ਕਿ ਕਿਸੇ ਵੀ ਸ਼ਹਿਰ ਜਾਂ ਦੇਸ਼ ਦਾ ਭਵਿੱਖ ਉਸ ਥਾਂ ਦੇ ਇਤਿਹਾਸ ਨਾਲ ਤਾਲੁਕ ਰੱਖਦਾ, ਅਤੇ ਬੇਸ਼ੱਕ ਹੀ ਪਿੰਡ ਬਹਿਲੋਲਪੁਰ ਦੇ ਵਾਸੀਆਂ ਨੂੰ ਆਪਣੇ ਪਿੰਡ ਦੇ ਇਤਿਹਾਸ ਨਾਲ ਕਾਫ਼ੀ ਲਗਾਵ ਹੈ। ਸਰਪੰਚ ਸਾਹਿਬ ਤੋਂ ਪਤਾ ਲੱਗਾ ਕਿ ਇਹ ਪਿੰਡ ਕਈ ਵਾਰ ਉੱਜੜਿਆ ਅਤੇ ਕਈ ਵਾਰ ਵਸਿਆ, ਪਰ ਫਿਰ ਵੀ ਇੱਥੋਂ ਦੇ ਲੋਕਾਂ ਨੇ ਆਪਣੇ ਇਤਿਹਾਸ ਨੂੰ ਉਂਝ ਹੀ ਗੁਆਚਣ ਨਹੀਂ ਦਿੱਤਾ, ਸਗੋਂ ਇਤਿਹਾਸ ਨੂੰ ਆਪਣੇ ਦਿਲਾਂ 'ਚ ਜਿਉਂਦਾ ਵਸਦਾ ਰੱਖਿਆ। ਅਤੇ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ ਇਹ ਮਕਬਰਾ। ਹਾਂਜੀ, ਤੁਸੀਂ ਠੀਕ ਪਛਾਣਿਆ, ਇਹ ਉਹੀ ਮਕਬਰਾ ਹੈ ਜਿਸ ਦਾ ਜ਼ਿਕਰ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਸੀ। ਇਹ ਸਿਰਫ ਇੱਕ ਪੁਰਾਣੀ ਇੱਕ ਇਤਿਹਾਸਿਕ ਇਮਾਰਤ ਨਹੀਂ, ਸਗੋਂ ਇਹ ਨਿਸ਼ਾਨੀ ਹੈ ਉਸ ਵੇਲੇ ਦੀ ਜਦੋਂ ਪਿੰਡ ਬਹਿਲੋਲਪੁਰ ਦੀਆਂ ਨੀਹਾਂ ਇਤਿਹਾਸ ਦੀ ਧਰਤੀ ਉੱਤੇ ਰੱਖੀਆਂ ਜਾ ਰਹੀਆਂ ਸਨ। ਕੌਣ ਜਾਣਦਾ ਸੀ, ਬਹਿਲੋਲਪੁਰ ਨੂੰ ਵਸਾਉਣ ਵਾਲੇ ਲੋਧੀ ਖਾਨਦਾਨ ਦੇ ਚਸ਼ਮੋ ਚਿਰਾਗ ਤਾਂ ਬੁੱਝ ਜਾਣਗੇ, ਪਰ ਸਮੇਂ ਨਾਲ ਲੜਦੀਆਂ ਰਹਿ ਜਾਣਗੀਆਂ ਉਹਨਾਂ ਦੀਆਂ ਇਹ ਨਿਸ਼ਾਨੀਆਂ। ਵਾਕਈ ਸਰਪੰਚ ਸਾਹਿਬ, ਤੁਹਾਡੇ ਪਿੰਡ 'ਚ ਤਾਂ ਬਹੁਤ ਇਤਿਹਾਸਿਕ ਇਮਾਰਤਾਂ ਨੇ। ਹਾਂਜੀ, ਪੁਰਾਣੀਆਂ ਇਮਾਰਤਾਂ ਨੇ ਜੀ ਸਾਡੇ ਇਹ, ਬਹੁਤ ਜ਼ਿਆਦਾ। ਬਹੁਤ ਵਧੀਆ, ਕਿਉਂਕਿ ਪਹਿਲਾਂ ਬਹਿਲੋਦੀ ਰਾਜੇ ਦੀ ਰਾਜਧਾਨੀ ਸੀ ਜੀ, ਜਿਵੇਂ ਤੁਹਾਨੂੰ ਪਹਿਲਾਂ ਮੈਂ ਉੱਧਰ ਵੀ ਮਕਬਰਾ ਦਿਖਾਇਆ ਜੀ, ਉਸ ਤਰ੍ਹਾਂ ਇਹ ਵੀ ਸਾਡੇ ਬਹਿਲੋਦੀ ਰਾਜਾ ਸੀ ਨਾ ਜੀ ਜਿਹੜਾ, ਇਹ ਵੀ ਉਹਨਾਂ ਦੇ ਵੰਸ਼ ਦੇ ਵਿੱਚੋਂ ਵਜ਼ੀਰ ਸੀ ਹੁਸੈਨ ਖਾਨ ਜੀ। ਅੱਛਾ ਜੀ, ਪਿਤਾ ਜੀ ਦਾ ਔਰ ਬੇਟੇ ਦਾ ਮਕਬਰਾ ਜੀ ਇਹ? ਅੱਛਾ, ਇਹ? ਹਾਂਜੀ, ਇਹ ਪਿਤਾ ਜੀ ਦਾ, ਉਹ ਉਹਨਾਂ ਦੇ ਬੇਟੇ ਦਾ। ਅੱਛਾ, ਤੇ ਇਹ ਇਹੀ ਉਹ ਮਕਬਰੇ ਨੇ ਜਿਨ੍ਹਾਂ 'ਚੋਂ ਤੁਸੀਂ ਕਹਿ ਰਹੇ ਸੀ ਸੁਰੰਗ? ਹਾਂਜੀ ਹਾਂਜੀ, ਨੀਚੇ ਨਾ ਸੁਰੰਗ, ਇਹ ਮਕਬਰੇ 'ਚੋਂ ਉੱਧਰ ਬਹਾਦਰ ਖਾਨ ਦੇ ਮਕਬਰੇ ਨੂੰ ਸੁਰੰਗ ਜਾਂਦੀ ਹੈ ਜੀ। ਅੱਛਾ, ਅਤੇ ਉਹ ਸੁਰੰਗ ਹੁਣ ਇਸਤੇਮਾਲ ਹੁੰਦੀ ਹੈ? ਨਹੀਂ, ਉਹ ਬੰਦ ਹੋ ਗਈ ਜੀ, ਪੁਰਾਣੀ ਹੋ ਗਈ ਨਾ ਜੀ ਬਹੁਤ, ਅਤੇ ਟੂਰਿਜ਼ਮ ਵਿਭਾਗ ਨੇ ਲੈ ਲਈ, ਇੱਥੇ ਸੈਲਾਨੀ ਸਿਸਟਮ ਬਣ ਰਿਹਾ ਜੀ। ਅੱਛਾ, ਲੋਕ ਘੁੰਮਣ ਫਿਰਨ ਆਇਆ ਕਰਨਗੇ। ਚੰਗੀ ਗੱਲ ਇਹ ਹੈ ਕਿ ਜਿਸ ਇਤਿਹਾਸ ਨੂੰ ਪਿੰਡ ਬਹਿਲੋਲਪੁਰ ਨੇ ਆਪਣੀ ਕੁੱਖ 'ਚ ਸਾਂਭ ਕੇ ਰੱਖਿਆ ਸੀ, ਅੱਜ ਉਸ ਦੀ ਸਾਂਭ ਸੰਭਾਲ ਲਈ ਸਰਕਾਰ ਨੇ ਵੀ ਉਪਰਾਲਾ ਕੀਤਾ। ਹੁਣ ਸਰਕਾਰ ਨੇ ਇਹਨਾਂ ਇਤਿਹਾਸਿਕ ਇਮਾਰਤਾਂ ਦੀ, ਇਹਨਾਂ ਮਕਬਰਿਆਂ ਦੀ ਜ਼ਿੰਮੇਵਾਰੀ ਆਪ ਚੁੱਕੀ ਹੈ। ਹੁਣ ਇਹਨਾਂ ਇਤਿਹਾਸਿਕ ਇਮਾਰਤਾਂ ਨੂੰ ਸੈਲਾਨੀਆਂ ਦੇ ਵੇਖਣ ਲਈ ਤਿਆਰ ਕੀਤਾ ਜਾਵੇਗਾ। ਇਸ ਨਾਲ ਦੋ ਫਾਇਦੇ ਹੋਣਗੇ, ਪਹਿਲਾ ਤਾਂ ਪਿੰਡ ਬਹਿਲੋਲਪੁਰ ਅੰਤਰਰਾਸ਼ਟਰੀ ਨਕਸ਼ੇ 'ਤੇ ਆਪਣੀ ਮੌਜੂਦਗੀ ਦਰਜ ਕਰਵਾਏਗਾ, ਅਤੇ ਦੂਜਾ ਆਪਣੇ ਇਤਿਹਾਸ ਅਤੇ ਇਤਿਹਾਸਿਕ ਇਮਾਰਤਾਂ ਵੀ ਸੁਰੱਖਿਅਤ ਹੋ ਜਾਣਗੀਆਂ, ਅਤੇ ਆਉਣ ਵਾਲੀਆਂ ਕਈ ਪੀੜ੍ਹੀਆਂ ਆਪਣੇ ਇਤਿਹਾਸ ਨਾਲ ਰੂਬਰੂ ਹੋ ਸਕਣਗੀਆਂ, ਠੀਕ ਉਸੇ ਤਰ੍ਹਾਂ ਜਿਵੇਂ ਕਿ ਅੱਜ ਮੈਂ ਰੂਬਰੂ ਹੋ ਰਿਹਾ ਹਾਂ। ਇਹਨਾਂ ਇਮਾਰਤਾਂ ਨੂੰ ਵੇਖ ਕੇ ਇਹ ਬਿਲਕੁਲ ਨਹੀਂ ਲੱਗਦਾ ਕਿ ਇਹ 500-600 ਸਾਲ ਪੁਰਾਣੀਆਂ ਨੇ। ਤਾਰੀਫ ਕਰਨੀ ਬਣਦੀ ਹੈ ਪਿੰਡ ਬਹਿਲੋਲਪੁਰ ਦੇ ਲੋਕਾਂ ਦੀ, ਜਿਨ੍ਹਾਂ ਨੇ ਇਸ ਥਾਂ ਦੀ ਸਾਫ਼ ਸਫਾਈ ਨੂੰ ਬਰਕਰਾਰ ਰੱਖਿਆ। ਹੁਣ ਭਾਵੇਂ ਇਸ ਥਾਂ ਦੀ ਦੇਖ ਰੇਖ ਸਰਕਾਰ ਕਰ ਰਹੀ ਹੋਵੇ, ਪਰ ਹੁਣ ਤੱਕ ਤਾਂ ਇਹ ਜ਼ਿੰਮਾ ਇਸ ਪਿੰਡ ਦੇ ਲੋਕਾਂ 'ਤੇ ਹੀ ਸੀ, ਅਤੇ ਇਹਨਾਂ ਨੇ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ। ਕਮਾਲ ਹੈ, ਕਿਤੇ ਇਮਾਰਤ ਕਿਤੇ ਮਕਬਰਾ, ਇਹ ਖੇਡ ਹੈ ਸਭ ਤਕਦੀਰਾਂ ਦੀ, ਅੱਜ ਖਾਮੋਸ਼ ਖੜੀ ਦੀਵਾਰ ਹੈ ਕਿਉਂ, ਕਹੇ ਕਹਾਣੀ ਪੀੜਾਂ ਦੀ। ਇਸ ਪਿੰਡ ਵਿੱਚ ਇੱਕ ਸਮੇਂ ਦਾ ਦਰਿਆ, ਕਈ ਤੋਹਫ਼ੇ ਛੱਡ ਗਿਆ ਯਾਦਾਂ ਦੇ, ਮੈਂ ਕੀ ਕੁਛ ਸਾਂਭਾਂ ਸਮਝ ਨਾ ਆਵੇ, ਬਸ ਭੰਡ ਲੈ ਚੱਲਿਆਂ ਤਸਵੀਰਾਂ ਦੀ। ਸਰਪੰਚ ਸਾਹਿਬ, ਹਾਂਜੀ, ਤੁਹਾਡੇ ਪਿੰਡ 'ਚ ਬਹਿਲੋਲਪੁਰ 'ਚ ਜੇ ਕੋਈ ਵੀ ਖੇਤੀਬਾੜੀ ਨਾਲ ਸੰਬੰਧਿਤ ਸਕਸੈਸਫੁੱਲ ਸਟੋਰੀ ਹੈ, ਕਾਮਯਾਬ ਕਹਾਣੀ ਹੈ, ਤਾਂ ਤੁਸੀਂ ਉਹ PTC ਨਾਲ ਸ਼ੇਅਰ ਕਰੋ। ਤਿੰਨ ਸਭ ਤੋਂ ਜ਼ਿਆਦਾ ਕਾਮਯਾਬ ਕਹਾਣੀਆਂ ਜਾਂ ਸਭ ਤੋਂ ਜ਼ਿਆਦਾ ਬਿਹਤਰੀਨ ਕਹਾਣੀਆਂ ਨੂੰ PTC ਆਪਣੇ ਨਿਊਜ਼ ਚੈਨਲ 'ਤੇ ਦਿਖਾਊਗਾ। ਠੀਕ ਹੈ ਜੀ, ਠੀਕ ਹੈ ਜੀ, ਹਾਂਜੀ, ਇਹ ਸੂਚਨਾ ਤੁਸੀਂ ਪਹੁੰਚਾ ਦੇਣਾ ਪਿੰਡ ਤੱਕ। ਪਹੁੰਚਾਵਾਂਗੇ ਜੀ, ਬਿਲਕੁਲ ਜ਼ਰੂਰ। ਚੱਲੀਏ ਜੀ ਫਿਰ। ਹਾਂਜੀ, ਜੇ ਕਿਸੇ ਕਿਸਾਨ ਭਾਈ ਨੂੰ ਖੇਤੀਬਾੜੀ ਜਾਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਮਹਿੰਦਰਾ ਦੇ ਟੋਲ ਫ੍ਰੀ ਨੰਬਰ 'ਤੇ ਗੱਲ ਕਰ ਸਕਦਾ ਹੈ।
ਕੀ ਬਣਾਉਂਦੇ ਹੁੰਦੇ ਹੋ ਤੁਸੀਂ? ਜਾਂ ਜਿਹੜਾ ਕੋ ਮਰਜ਼ੀ ਬਣਾ ਲਓ। ਅੱਛਾ, ਸਾਰਾ ਕੁਝ ਬਣਾ ਲੈਂਦੇ ਹਾਂ। ਘੜੇ, ਸੁਰਾਹੀ, ਗਮਲੇ, ਦੀਵੇ, ਗਮਲੇ ਵੀ ਬਣਾਉਂਦੇ ਹਾਂ, ਗਮਲੇ ਦੀਵੇ ਬਣਾਉਂਦੇ ਹਾਂ। ਆ ਦੀਵਾ ਬਣਾਤਾ ਤੇਰੇ ਕੋਲ। ਵਾਹ ਵਾਹ ਵਾਹ, ਬਣਿਆ ਪਿਆ ਆ ਇਹ ਤਾਂ ਗਮਲਾ ਹੈ। ਅੱਛਾ ਡਾਕਟਰ ਸਾਹਿਬ, ਇੱਥੇ ਕਿਹੋ ਜਿਹੇ ਕਿਸ ਕਿਸ ਤਰ੍ਹਾਂ ਦੇ ਮਰੀਜ਼ ਆਉਂਦੇ ਨੇ? ਇੱਥੇ ਜੀ ਤਕਰੀਬਨ ਹਰ ਤਰ੍ਹਾਂ ਦੇ ਮਰੀਜ਼ ਆਉਂਦੇ ਆ, ਅਤੇ ਛੋਟੀਆਂ ਬਿਮਾਰੀਆਂ ਵਾਲੇ ਜਿਸ ਤਰ੍ਹਾਂ ਖਾਂਸੀ, ਜ਼ੁਕਾਮ, ਬੁਖਾਰ। ਇੱਕ ਚੀਜ਼ ਜੋ ਮੇਰੇ ਜ਼ਿਹਨ 'ਚ ਮੁੜ ਮੁੜ ਕੇ ਆਉਂਦੀ ਹੈ ਉਹ ਹੈ ਕਿ ਲੋਧੀਆਂ ਵੇਲੇ ਇਹ ਪਿੰਡ ਬਹਿਲੋਲਪੁਰ ਕਿਹੋ ਜਿਹਾ ਰਿਹਾ ਹੋਣਾ। ਉਦੋਂ ਤਾਂ ਇਹਨਾਂ ਗਲੀਆਂ 'ਚ ਹੋਰ ਵੀ ਜ਼ਿਆਦਾ ਰੌਣਕ ਰਹਿੰਦੀ ਹੋਣੀ। ਇਸ ਟਰੈਕਟਰ ਦੀ ਥਾਂ ਚੱਲਦੇ ਹੋਣਗੇ ਟਾਂਗੇ, ਜਾਂ ਫਿਰ ਘੋੜੇ ਦੀ ਸਵਾਰੀ ਕਰਦੇ ਹੋਣੇ ਸਾਰੇ। ਵਾਹ, ਕਿਆ ਸਮਾਂ ਹੋ ਉਹ ਵੀ। ਆਸਥਾ ਦੀ ਸਾਡੇ ਦੇਸ਼ 'ਚ ਕੋਈ ਕਮੀ ਨਹੀਂ। ਇਹ ਉਹ ਥਾਂ ਹੈ ਜਿੱਥੇ ਹਰ ਧਰਮ ਦਾ ਆਦਰ ਸਤਿਕਾਰ ਕੀਤਾ ਜਾਂਦਾ। ਇਸ ਦੀ ਇੱਕ ਮਿਸਾਲ ਹੈ ਪਿੰਡ ਬਹਿਲੋਲਪੁਰ ਦੇ ਵਿੱਚ ਬਣਿਆ ਇਹ ਮੰਦਰ, ਮਾਫ ਕਰਿਓ, ਪ੍ਰਾਚੀਨ ਸ਼ਿਵ ਮੰਦਰ। ਜੀ ਹਾਂ, ਪ੍ਰਾਚੀਨ। ਨਮਸਤੇ ਜੀ। ਐਸੇ ਪਿੰਡ ਦੇ ਹੋ ਭਾਅ ਜੀ? ਹਾਂਜੀ ਭਾਅ ਜੀ, ਐਸੇ ਪਿੰਡ ਦੇ ਹਾਂ ਜੀ। ਆਓ ਜੀ, ਆਓ, ਬੈਠੋ। ਭਾਅ ਜੀ ਕੀ ਨਾਂ ਹੈ ਤੁਹਾਡਾ? ਸੋਨੂੰ ਹੈ ਜੀ ਮੇਰਾ ਨਾਮ। ਸੋਨੂੰ ਭਾਅ ਜੀ, ਇਸ ਮੰਦਰ ਬਾਰੇ ਮੈਂ ਜਾਣਨਾ ਚਾਹੁੰਦਾ। ਮੈਂ ਸੁਣਿਆ ਕਿ ਇਹ ਮੰਦਰ ਬਹੁਤ ਪੁਰਾਣਾ ਮੰਦਰ ਹੈ। ਹਾਂਜੀ, ਇਹ ਮੰਦਰ ਬਹੁਤ ਪੁਰਾਣਾ ਔਰ ਪ੍ਰਾਚੀਨ ਮੰਦਰ ਹੈ ਜੀ। ਇਹ ਮੰਦਰ ਬਿਲਕੁਲ ਛੋਟੀਆਂ ਛੋਟੀਆਂ ਸਰਹੱਦੀ ਇੱਟਾਂ ਦਾ ਬਣਿਆ ਹੋਇਆ ਸੀ। ਅੱਛਾ ਜੀ। ਉਸ ਟਾਈਮ ਦੀ ਗੱਲ ਹੈ ਜੀ, ਪੁਰਾਣੇ ਬਜ਼ੁਰਗ ਦੱਸਦੇ ਨੇ। ਔਰ ਉਸ ਤੋਂ ਬਾਅਦ ਪੰਚਾਇਤ ਦੇ ਸਹਿਯੋਗ ਨਾਲ ਔਰ ਨਗਰ ਦੇ ਸਹਿਯੋਗ ਨਾਲ ਇਸ ਮੰਦਰ ਦੀ ਡਿਵੈਲਪਮੈਂਟ ਵਧੀਆ ਹੋਈ। ਕਦੋਂ ਦਾ ਮੰਦਰ? ਇਹ ਮੰਦਰ 1947 ਤੋਂ ਪਹਿਲਾਂ ਦਾ ਚੱਲਦਾ ਰਿਹਾ ਜੀ। 1947 ਤੋਂ ਪਹਿਲਾਂ ਦਾ? ਹਾਂਜੀ, ਜੋ ਬਜ਼ੁਰਗ ਦੱਸ ਰਹੇ ਨੇ। ਅੱਛਾ, ਜੋ ਫਿਰ ਜੇ ਉਹ ਪੁਰਾਣੀਆਂ ਇੱਟਾਂ ਦਾ ਬਣਿਆ ਹੋਇਆ ਸੀ, ਉਸ ਪ੍ਰਾਚੀਨ ਢਾਂਚੇ ਦਾ ਬਣਿਆ ਹੋਇਆ ਸੀ, ਫਿਰ ਇਹ ਤਾਂ ਮੈਂ ਹੁਣ ਦੇਖ ਰਿਹਾ ਤਾਂ ਨਵਾਂ ਲੱਗਦਾ। ਇਹ ਫਿਰ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਪਿੰਡ ਨੇ ਡਿਵੈਲਪਮੈਂਟ ਕੀਤੀ ਜੀ। ਪੰਚਾਇਤ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ, ਅੱਛਾ, ਅਸੀਂ ਨੌਜਵਾਨ ਸਭਾ ਨਾਲ ਰਲ ਕੇ ਉਪਰਾਲਾ ਕੀਤਾ ਇਸ ਮੰਦਰ ਦੀ ਦੇਖ ਸੰਭਾਲ ਕੀਤੀ ਜਾਵੇ। ਇੱਥੇ ਦੀ ਕੀ ਮਾਨਤਾ ਹੈ ਇਹ ਵੀ ਦੱਸੋ। ਮਾਨਤਾ ਇੱਥੇ ਦੀ ਇੱਦਾਂ ਦੱਸ ਰਹੇ ਨੇ ਜੀ ਪੁਰਾਣੇ ਬਜ਼ੁਰਗ ਜਿਹੜੇ ਦੱਸਦੇ ਨੇ ਕਿ ਬਲਾਚੌਰ ਤੋਂ ਮੂਰਤੀਆਂ ਲੈ ਕੇ ਨਾ ਖੰਨੇ ਜਾਣਾ ਸੀ। ਅੱਛਾ, ਖੰਨੇ ਮੰਦਰ ਸਥਾਪਿਤ ਹੋਣਾ ਸੀਗਾ ਜੀ। ਅੱਛਾ, ਔਰ ਜਦੋਂ ਬਲਾਚੌਰ ਤੋਂ ਜਾ ਰਹੇ ਸੀ ਤਾਂ ਇਹ ਗਲੀਆਂ ਬਹੁਤ ਕੱਚੀਆਂ ਹੁੰਦੀਆਂ ਸੀ ਉਸ ਟਾਈਮ। ਅੱਛਾ, ਔਰ ਮੂਰਤੀਆਂ ਵਾਲਾ ਜੋ ਗੱਡਾ ਸੀ ਨਾ ਮੰਦਰ ਦੇ ਅੱਗੇ ਆ ਕੇ ਖੜ ਗਿਆ ਜੀ ਇੱਥੇ। ਹਾਂਜੀ। ਅੱਛਾ, ਗੱਡਾ ਅੱਗੇ ਨਹੀਂ ਚੱਲਿਆ। ਅੱਛਾ, ਅਤੇ ਬੜਾ ਜ਼ੋਰ ਲਾਇਆ ਔਰ ਫਿਰ ਬਜ਼ੁਰਗਾਂ ਨੇ ਕਿਹਾ ਵੀ ਇਹ ਮੰਦਰ ਦੀ ਮੂਰਤੀ ਸਥਾਪਨਾ ਇੱਥੇ ਹੀ ਹੋਣੀ ਚਾਹੀਦੀ ਹੈ। ਮੈਨੂੰ ਇਹ ਵੀ ਪਤਾ ਲੱਗਾ ਵੀ ਇੱਥੇ ਸ਼ਨੀਦੇਵ ਦੀ ਮੂਰਤੀ, ਉਸਦੀ ਵੀ ਬੜੀ ਮਾਨਤਾ ਹੈ, ਦੱਸਦੇ ਨੇ ਲੋਕ। ਹਾਂਜੀ ਹਾਂਜੀ, ਸ਼ਨੀਦੇਵ ਦੀ ਵੀ ਮੂਰਤੀ ਹਰ ਸ਼ਨੀਵਾਰ ਨੂੰ ਕਾਫੀ ਭੀੜ ਹੁੰਦੀ ਹੈ ਜੀ ਇੱਥੇ। ਅੱਛਾ, ਜੋ ਲੋਕ ਸੁੱਖਾਂ ਸੁੱਖਦੇ ਨੇ ਜਾਂ ਮੰਗਾਂ ਮੰਗਦੇ ਨੇ ਆ ਕੇ ਉਹਨਾਂ ਦੀਆਂ ਮਨੋਕਾਮਨਾ ਇੱਥੇ ਪੂਰੀਆਂ ਹੁੰਦੀਆਂ ਨੇ। ਔਰ ਭੋਲੇ ਨਾਥ ਦੇ ਦਰਬਾਰ 'ਤੇ ਵੀ ਜੋ ਇੱਥੇ ਆਪਣੀ ਸੁੱਖ ਸੁੱਖ ਦਾ ਹੈਗਾ ਉਹਨਾਂ ਦੀ ਸੁੱਖ ਪੂਰੀ ਹੁੰਦੀ ਹੈ ਜੀ। ਮੈਂ ਅਬਜ਼ਰਵ ਕਰ ਰਿਹਾ ਸੀ ਸੋਨੂੰ ਭਾਅ ਜੀ, ਪਿੰਡ 'ਚ ਬਹੁਤ ਭਾਈਚਾਰਾ ਹੈ। ਹਾਂਜੀ ਹਾਂਜੀ, ਬਿਲਕੁਲ, ਮਤਲਬ ਲੋਕ ਰਲ ਮਿਲ ਕੇ ਰਹਿੰਦੇ ਨੇ, ਜਿਵੇਂ ਮੰਦਰ ਵੀ ਹੈ, ਗੁਰਦੁਆਰਾ ਵੀ ਹੈ, ਮਕਬਰਾ ਵੀ ਹੈ। ਹਾਂਜੀ ਹਾਂਜੀ, ਸਾਡੇ ਪਿੰਡ ਦੇ ਵਿੱਚ ਭਾਅ ਜੀ ਲਗਭਗ ਸਾਰੀਆਂ ਕੌਮਾਂ ਬੈਠੀਆਂ ਨੇ, ਸਿੱਖ ਵੀ ਨੇ, ਹਿੰਦੂ ਵੀ ਨੇ, ਮੁਸਲਮਾਨ ਭਾਈ ਨੇ ਵੀ ਨੇ। ਅੱਛਾ ਜੀ। ਹਾਂਜੀ, ਔਰ ਸਾਰੇ ਰਲ ਕੇ ਵਧੀਆ ਪਿੰਡ ਦਾ ਉਪਰਾਲਾ ਕਰਦੇ ਨੇ, ਕੋਈ ਭੇਦਭਾਵ ਨਹੀਂ ਹੈ ਜਾਤ ਪਾਤ ਦਾ ਸਾਡੇ ਪਿੰਡ ਦੇ ਵਿੱਚ। ਬੜੀ ਅੱਛੀ ਗੱਲ ਹੈ ਜੀ, ਭੇਦਭਾਵ ਹੋਣਾ ਵੀ ਨਹੀਂ ਚਾਹੀਦਾ। ਹਾਂਜੀ ਹਾਂਜੀ, ਹੈ ਨਾ। ਅਤੇ ਬਾਕੀ ਬੜੀ ਮਿਹਰਬਾਨੀ ਤੁਹਾਡੀ ਸੋਨੂੰ ਭਾਅ ਜੀ, ਬੜਾ ਵਧੀਆ ਲੱਗਿਆ ਤੁਹਾਨੂੰ ਮਿਲ ਕੇ। ਬਿਲਕੁਲ ਜੀ, ਬਿਲਕੁਲ, ਸ਼ੁਕਰੀਆ ਬਹੁਤ ਬਹੁਤ, ਥੈਂਕਸ। ਕਹਿੰਦੇ ਨੇ ਸਮੇਂ ਦੇ ਨਾਲ ਹਰ ਚੀਜ਼ ਬਦਲ ਜਾਂਦੀ ਹੈ, ਪਰ ਜੇ ਕੋਈ ਚੀਜ਼ਾਂ ਨਾ ਬਦਲਦੀਆਂ ਤਾਂ ਸ਼ਾਇਦ ਉਹ ਜ਼ਿਆਦਾ ਚੰਗਾ ਹੁੰਦਾ। ਮੇਰਾ ਕਹਿਣ ਤੋਂ ਭਾਵ ਹੈ ਇਸ ਮੰਦਰ ਦਾ ਬੁਨਿਆਦੀ ਢਾਂਚਾ। ਚੰਗੀ ਗੱਲ ਹੈ ਕਿ ਪਿੰਡ ਨੇ ਤਰੱਕੀ ਕੀਤੀ। ਜੇ ਇਸ ਮੰਦਰ ਦੀ ਬੁਨਿਆਦ ਰਹੀ ਨਾਨਕ ਸ਼ਾਹੀ ਇੱਟ ਨੂੰ ਨਵੇਂ ਜ਼ਮਾਨੇ ਦੀਆਂ ਟਾਈਲਾਂ ਨਾਲ ਨਾ ਢੱਕਿਆ ਹੁੰਦਾ ਤਾਂ ਸ਼ਾਇਦ ਇਸ ਮੰਦਰ ਦਾ ਪ੍ਰਾਚੀਨ ਰੂਪ ਅੱਜ ਵੀ ਜਿਉਂਦਾ ਹੁੰਦਾ ਅਤੇ ਸ਼ਾਇਦ ਉਹ ਹੋਰ ਵੀ ਜ਼ਿਆਦਾ ਸੋਹਣਾ ਲੱਗਦਾ। ਖੈਰ, ਇੱਕ ਚੀਜ਼ ਹੋਰ ਹੈ ਜੋ ਇਸ ਪਿੰਡ ਨੂੰ ਸੋਹਣਾ ਬਣਾਉਂਦੀ ਹੈ ਅਤੇ ਉਹ ਹੈ ਇਸ ਪਿੰਡ ਦਾ ਆਪਸੀ ਭਾਈਚਾਰਾ ਜੋ ਸਭ ਧਰਮਾਂ ਤੋਂ ਉੱਤੇ ਹੈ।
ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਗਏ, ਪੇਟ ਪੂਜਾ ਹੋ ਗਈ, ਗੀਤ ਸੰਗੀਤ ਹੋ ਗਿਆ, ਮੰਦਰ ਦੇ ਦਰਸ਼ਨ ਵੀ ਹੋ ਗਏ, ਪਰ ਹਾਲੇ ਵੀ ਪਿੰਡ ਵਿੱਚ ਵੇਖਣ ਨੂੰ ਬਹੁਤ ਕੁਝ ਬਾਕੀ ਹੈ। ਬਜ਼ੁਰਗ ਨੇ ਜੀ ਬਹੁਤ 1947 ਤੋਂ ਪਹਿਲਾਂ ਦੇ ਉਰੇ ਰਹਿੰਦੇ ਨੇ। ਪਹਿਲਾਂ ਇਹਨਾਂ ਦੇ ਬਜ਼ੁਰਗ ਇਹ ਕੰਮ ਕਰਦੇ ਸੀਗੇ ਤੇ ਹੁਣ ਇਹ ਕਰਦੇ ਨੇ ਬਹੁਤ ਪੁਰਾਣੇ। ਤੇ ਗੰਗਾ ਸਿੰਘ ਇਹਨਾਂ ਦਾ ਨਾਂ ਹੈ ਜੀ। ਹਾਂਜੀ ਹਾਂਜੀ। ਹੁਣ ਤੁਹਾਡੀ ਉਮਰ ਕਿੰਨੀ ਹੈ? ਉਮਰ ਉਹ 70 ਸਾਲ ਦੀ ਹੈ ਜੀ। ਹਾਂ, ਤੁਸੀਂ ਕਦੋਂ ਤੋਂ ਕਰ ਰਹੇ ਹੋ ਇਹ ਕੰਮ? ਨਿਆਣੇ ਹੁੰਦੇ। ਅੱਛਾ, ਮਤਲਬ ਇਹ ਸ਼ੁਰੂ ਤੋਂ ਇਹੀ ਕੰਮ ਤੁਹਾਡੇ ਪਿਤਾ ਜੀ ਅਤੇ ਅੱਗੇ? ਹਾਂ ਹਾਂ, ਪਿਤਾ ਜੀ ਪਹਿਲਾਂ ਸਾਡਾ ਤਾਇਆ ਕਰਦਾ ਸੀ। ਹਾਂਜੀ। ਕੀ ਕੀ ਬਣਾਉਂਦੇ ਹੁੰਦੇ ਹੋ ਤੁਸੀਂ? ਜਾਂ ਜਿਹੜਾ ਕੋਈ ਮਰਜ਼ੀ ਬਣਾ ਲਓ। ਅੱਛਾ, ਸਾਰਾ ਕੁਝ ਬਣਾ ਲੈਂਦੇ ਹਾਂ। ਘੜੇ, ਸੁਰਾਹੀ, ਗਮਲੇ, ਦੀਵੇ। ਗਮਲੇ ਵੀ ਬਣਾਉਂਦੇ ਹਾਂ। ਗਮਲੇ ਦੀਵੇ ਵੀ ਬਣਾਉਂਦੇ ਹਾਂ। ਆ ਦੀਵਾ ਬਣਾਤਾ ਤੇਰੇ ਕੋਲ? ਵਾਹ ਵਾਹ ਵਾਹ, ਬਣਿਆ ਪਿਆ। ਆ ਇਹ ਤਾਂ ਇਹ ਗਮਲਾ ਹੈ। ਅੱਛਾ, ਆਹੋ, ਕੀ ਬਾਤ, ਇਹ ਮੇਰਾ ਹੀ ਬਣਾਇਆ ਹੋਇਆ। ਮੈਂ ਘਰ ਨੂੰ ਲੈ ਕੇ ਜਾਣਾ ਇੱਕ। ਕੋਈ ਨਾ, ਲੈ ਫੁੱਲ ਲੈ ਕੇ ਜਾਓ। ਲੈ ਜੀ, ਲੈ ਜੀ। ਮਿੱਟੀ ਨੂੰ ਇੱਕ ਰੂਪ ਦੇਣਾ ਕਿਹੜਾ ਸੌਖੀ ਗੱਲ ਹੈ। ਮਿੱਟੀ ਦੇ ਨਾਲ ਆਪ ਮਿੱਟੀ ਹੋਣਾ ਪੈਂਦਾ। ਇਹਨਾਂ ਬਾਬਾ ਜੀ ਦੀ ਤਾਂ ਸਾਰੀ ਉਮਰ ਹੀ ਇਸ ਮਿੱਟੀ ਨਾਲ ਖੇਡਦਿਆਂ ਲੰਘ ਗਈ। ਇਹ ਬੇਸ਼ੱਕ ਕੀ ਇਸ ਬੇਜਾਨ ਪਈ ਮਿੱਟੀ 'ਚ ਜਾਨ ਪਾਉਣ ਦਾ ਕੰਮ ਕਰਦੇ ਨੇ। ਵਾਹ, ਸਲਾਮ ਹੈ ਇਹਨਾਂ ਦੇ ਹੁਨਰ ਨੂੰ, ਇਹਨਾਂ ਦੇ ਤਜੁਰਬੇ ਨੂੰ। ਅੱਛਾ ਬਾਬਾ ਜੀ, 50-60 ਸਾਲ ਪਹਿਲਾਂ ਜਦੋਂ ਤੁਸੀਂ ਛੋਟੇ ਹੁੰਦੇ ਸੀ ਉਦੋਂ ਭਾਂਡੇ ਕਿਵੇਂ ਦੇ ਹੁੰਦੇ ਸੀਗੇ? ਜਿਵੇਂ ਹੁਣ ਅੱਜ ਕੱਲ੍ਹ ਤਾਂ ਸਟੀਲ ਦੇ ਵਰਤਦੇ ਆ, ਜਦ ਤਾਂ ਇਹੀ ਵਰਤਦੇ ਤੇ ਮਿੱਟੀ ਦੇ ਜਦੋਂ ਮਿੱਟੀ ਦੇ ਹੀ ਹੁੰਦੇ ਸੀ। ਥਾਲ ਵੀ ਬਣਾਉਂਦੇ ਤੇ? ਅੱਛਾ, ਹੱਥਾਂ ਨਾਲ ਸਭ ਕੁਝ ਨਾ, ਆਹ ਇੱਥੇ ਹੀ ਬਣਦਾ ਤਾ ਉਹਦੇ 'ਚ, ਫਿਰ ਉਹ ਵਿਆਹ ਸ਼ਾਦੀਆਂ ਨੂੰ ਚੱਲਦੇ। ਬੜਾ ਵਧੀਆ ਜੀ, ਬੜਾ ਕਲਾਤਮਕ ਕੰਮ ਹੈ ਇਹ। ਅੱਜ ਕੱਲ੍ਹ ਤਾਂ ਲੋਕੀ ਮਿੱਟੀ ਨੂੰ ਹੱਥ ਲਾਉਂਦੇ, ਹੱਥ ਨਹੀਂ ਲਾਉਂਦੇ ਜੀ। ਮੇਰਾ ਜੀ ਕਰੀ ਜਾਂਦਾ ਪੰਗਾ ਲੈਣ ਦਾ ਸਰਪੰਚ ਸਾਹਿਬ। ਤੁਸੀਂ ਵੀ ਬਣਾ ਕੇ ਦੇਖ ਲਓ। ਲੈ ਲਾ ਫਿਰ। ਹਾਂਜੀ ਬਾਬਾ ਜੀ, ਇਜਾਜ਼ਤ ਹੈ? ਹਾਂ, ਲੈ ਆਇਓ। ਲੋ ਬਈ, ਬਹਿਲੋਲਪੁਰ ਵਾਲੇ ਹੋ, ਆ ਦੇਖੋ ਤਾੜੀਆਂ। ਬਹੁਤ ਵਧੀਆ। ਅੱਜ ਅਸਲ 'ਚ ਮਿੱਟੀ ਨਾਲ ਜੁੜਨ ਦਾ ਮੌਕਾ ਮਿਲਿਆ, ਪਰ ਸਫ਼ਰ ਹਾਲੇ ਵੀ ਜਾਰੀ ਹੈ ਅਤੇ ਹੁਣ ਸਰਪੰਚ ਸਾਹਿਬ ਮੈਨੂੰ ਕਿਸੇ ਪੁਰਾਣੀ ਹਵੇਲੀ 'ਚ ਲੈ ਕੇ ਆਏ ਨੇ।
ਦੇਖੋ ਪੁਰਾਣੀਆਂ ਹਵੇਲੀਆਂ ਜੀ ਸਾਡੇ ਬਣੀਆਂ ਹੋਈਆਂ ਤੇ ਨਾਨਕ ਸ਼ਾਹੀ ਇੱਟ ਦੀਆਂ ਨੇ ਤੇ ਹਾਂ ਇਹ ਮਹਿਰਾਬ ਵਾਲੇ ਦਰਵਾਜ਼ੇ ਨੇ ਪਹਿਲਾਂ ਬਣੇ ਹੋਏ ਅੰਦਰ ਆਵਾਜ਼ ਕਿਹੜੀ ਆ ਰਹੀ ਹੈ ਗਾਣਿਆਂ ਦੀ ਇਹ ਤਾਂ ਜੀ ਲੇਡੀਜ਼ ਫਰੀ ਟਾਈਮ 'ਚ ਬੇ ਫਰੀ ਟਾਈਮ 'ਚ ਫਿਰ ਗਾਉਣ ਗਾਉਣ ਦਾ ਆਪਣਾ ਲੱਗ ਜਾਂਦੇ ਆ ਮਨ ਪਰਚਾਉਣ ਲੱਗ ਜਾਂਦੀਆਂ ਨੇ ਇਹ ਪੁਰਾਣਾ ਮਾਹੌਲ ਆ ਇਕੱਠੀਆਂ ਹੋ ਜਾਂਦੀਆਂ ਨੇ ਵਿਹਲੇ ਟਾਈਮ 'ਚ ਹਾਂਜੀ ਹਾਂਜੀ ਦੇਖੋ ਆਓ ਬਹੁਤ ਵਧੀਆ ਇਹ ਬਹੁਤ ਵਧੀਆ ਪ੍ਰੋਗਰਾਮ ਆ ਬਹੁਤ ਵਧੀਆ ਇਹ ਇਕੱਠੇ ਹੋ ਕੇ ਫਰੀ ਟਾਈਮ 'ਚ ਫਿਰ ਇਹੋ ਜਿਹਾ ਗਾਉਣੇ ਵਜਾਉਣੇ ਦਾ ਕੰਮ ਕਰ ਲੈਂਦੀ ਆ ਇਕੱਠੇ ਹੋ ਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੰਸ ਸਾਹਿਬ ਇਹ ਤੁਸੀਂ ਕੀ ਘੋੜੀ ਗਾ ਰਹੇ ਸੀਗੇ ਜੀ ਅੱਛਾ ਕਿਆ ਬਾਤ ਹੈ ਬੜਾ ਵਧੀਆ ਗਾ ਰਹੀ ਸੀ ਫਿਰ ਇਹਨਾਂ ਨੇ ਬੰਦ ਕਿਉਂ ਕਰਤਾ ਸਰਪੰਚ ਸਾਹਿਬ ਤੁਸੀਂ ਬੰਦ ਕਿਉਂ ਕਰਤੀ ਹੈ ਜੀ ਸੰਗ ਹੈ ਜੀ ਥੋੜਾ ਜਿਹਾ ਸੰਗ ਕੇ ਨਹੀਂ ਨਹੀਂ ਮੈਂ ਵੀ ਤੁਹਾਡਾ ਹੀ ਬੱਚਾ ਹੈ ਜੀ ਤੁਸੀਂ ਗਾਓ ਮੈਂ ਤਾਂ ਸੁਣਨ ਆਇਆ ਮੈਂ ਤਾਂ ਪਿੰਡ ਘੁੰਮਣ ਆਇਆ ਮੈਨੂੰ ਬੜਾ ਵਧੀਆ ਲੱਗ ਰਿਹਾ ਮਾਹੌਲ ਇੱਕ ਵਾਰੀ ਗਾ ਦਿਓ ਜੀ ਸਿੱਠਣੀਆਂ ਬੋਲੀਆਂ ਆਉਣ ਦਿਓ ਜੀ ਬੋਲੀਆਂ ਕਰ ਸੁਣਾ ਦਿਓ ਬੋਲੀਆਂ ਬਹਿਲੋਲਪੁਰ ਦੇ ਨੌਜਵਾਨ ਕੀ ਬਜ਼ੁਰਗ ਕੀ ਤੇ ਬੀਬੀਆਂ ਕੀ ਮਤਲਬ ਸਾਰੇ ਹੀ ਚੜ੍ਹਦੀ ਕਲਾ ਨੇ ਵਾਹ ਜੀ ਵਾਹ ਹੁਣ ਸ਼ਹਿਰਾਂ ਵਿੱਚ ਕਿੱਥੇ ਸੁਣਨ ਨੂੰ ਮਿਲਦੀਆਂ ਨੇ ਮਿੱਠੀਆਂ ਬੋਲੀਆਂ ਤੇ ਕਿੱਥੇ ਸੁਣਨ ਨੂੰ ਮਿਲਦੀਆਂ ਨੇ ਘੋੜੀਆਂ ਅੱਛਾ ਆਹ ਸਿਰਫ ਸਿੱਠਣੀਆਂ ਬੋਲੀਆਂ ਹੀ ਪਾਉਣੀਆਂ ਇੱਥੇ ਕੁੜੀਆਂ ਖੜੀਆਂ ਨੇ ਤੁਸੀਂ ਨੱਚ ਕੇ ਵੀ ਦਿਖਾ ਦਿਓ ਗਿੱਧਾ ਹੀ ਪਾ ਕੇ ਦਿਖਾ ਦਿਓ ਹੈਂ ਆਜੋ ਕਿਆ ਬਾਤ ਹੈ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਮੇਰਾ ਜੀ ਤਾਂ ਨਹੀਂ ਕਰਦਾ ਪਿਆ ਮੈਂ ਜਾਵਾਂ ਪਰ ਕਿਉਂਕਿ ਮੈਂ ਹੋਰ ਪਿੰਡ ਘੁੰਮਣਾ ਚਾਹੁੰਦਾ ਮੈਨੂੰ ਜਾਣਾ ਪਊਗਾ ਬਹੁਤ ਵਧੀਆ ਜੀ ਤੁਸੀਂ ਸਿੱਠਣੀਆਂ ਬੋਲੀਆਂ ਤੁਸੀਂ ਘੋੜੀ ਬਹੁਤ ਵਧੀਆ ਗਾ ਕੇ ਸੁਣਾਈ ਕੁੜੀਆਂ ਨੇ ਗਿੱਧਾ ਬਹੁਤ ਵਧੀਆ ਪਾਇਆ ਜਿਉਂਦੀਆਂ ਰਹੋ ਹੱਸਦੀਆਂ ਵੱਸਦੀਆਂ ਰਹੋ ਚਲੋ ਸਤਿ ਸ਼੍ਰੀ ਅਕਾਲ ਜੀ ਮੈਂ ਚੱਲਦਾ ਚੱਲੀਏ ਸਰਪੰਚ ਸਾਹਿਬ ਹਾਂਜੀ ਹਾਂਜੀ ਚਲੋ ਜੀ ਅੱਜ ਸਰਪੰਚ ਸਾਹਿਬ ਨੇ ਪਿੰਡ ਬਹਿਲੋਲਪੁਰ ਦੀ ਹਰ ਗਲੀ ਹਰ ਨੁੱਕਰ ਤੇ ਹਰ ਸ਼ਹਿ ਨਾਲ ਜਿਵੇਂ ਮੇਰੀ ਯਾਰੀ ਪਾ ਦਿੱਤੀ ਪੰਜ ਸਾਹਿਬ ਦਾ ਬੜਾ ਵੱਖਰਾ ਜਿਹਾ ਮਾਹੌਲ ਹੈ ਕਿੱਥੇ ਲੈ ਕੇ ਚੱਲੇ ਹੋ ਇਹ ਜਿਹੜੇ ਜੀ ਸਵੇਰੋਂ ਬੱਚੇ ਬੁਲਾਏ ਤੇ ਤੁਹਾਨੂੰ ਹਾਂਜੀ ਉਹ ਕਰਦੇ ਸੀਗੇ ਪ੍ਰੋਗਰਾਮ ਉਹੀ ਬੱਚੇ ਰਾਮਲੀਲਾ ਵੀ ਕਰਦੇ ਆ ਜੀ ਪਿੰਡ 'ਚ ਅੱਛਾ ਉਹਦੀ ਤਿਆਰੀ ਕਰਕੇ ਰਿਹਰਸਲ ਕਰਦੇ ਰਹਿੰਦੇ ਆ ਜੀ ਅੱਛਾ ਅੱਛਾ ਮੇਕਅਪ ਚੱਲਦਾ ਮੇਕਅਪ ਹਾਂਜੀ 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 ਹਾਂ ਉਹ ਤਿਆਰੀ ਕਰ ਹਲੋ ਕੀ ਹਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਗਿੱਡੂ ਨੂੰ ਤਾਂ ਜ਼ਰਾ ਟੁੱਟਦੀਆਂ ਨੇ ਠੀਕ ਹੈ ਜੀ ਹਾਂ ਸਰਪੰਚ ਸਾਹਿਬ ਹਾਂਜੀ ਇੱਕ ਮੈਂ ਛੋਟੇ ਹੁੰਦਿਆਂ ਦੇਖੀ ਸੀ ਰਾਮਲੀਲਾ ਤੇ ਇੱਕ ਹੁਣ ਦੇਖਾਂਗਾ ਤਿਆਰੀ ਹੈ ਜੀ ਫਿਰ ਤਿਆਰੀ ਹੈ ਜੀ ਪੂਰੀ ਪੂਰੀ ਤਿਆਰੀ ਹੈ ਜੀ ਗੁੱਡ ਲੱਕ ਫਿਰ ਹੈ ਲੋ ਦੇਖੋ ਮੈਂ ਤਾਂ ਖੁਦ ਹੀ ਆ ਰਿਹਾ ਹੈ ਪ੍ਰਣਾਮ ਭਰਾਤਾ ਸ਼੍ਰੀ ਚਰਨਜੀਤ ਰਾਓ ਪ੍ਰਣਾਮ ਭਰਾਤਾ ਸ਼੍ਰੀ ਪਿਆਰੇ ਭਾਰਤ ਕਹੋ ਚਿੱਤ ਤੋਂ ਪ੍ਰਸੰਨ ਹੈ ਤੁਮ ਰੋ ਕਿਉਂ ਰਹੇ ਹੋ ਮੈਂ ਤੁਹਾਰੀ ਇਹ ਹਾਲਤ ਨਹੀਂ ਦੇਖ ਸਕਤਾ ਐਸੀ ਹਾਲਤ ਤੋਂ ਤੁਹਾਰੀ ਕਭੀ ਸਪਨੇ ਮੇਂ ਵੀ ਨਹੀਂ ਦੇਖੀ ਭਾਰਤ ਆਪਕੋ ਮੇਰੀ ਕਸਮ ਆਪ ਮੁਝੇ ਅਧਿਕ ਹੈਰਾਨ ਮਤ ਕਰੋ ਔਰ ਜਲਦੀ ਆਪਣੇ ਇਸ ਹਾਲਤ ਦਾ ਕਾਰਨ ਬਤਾਓ ਹਾਏ ਹਾਏ ਕਿਆ ਕਰੂੰ ਭਰਾਤਾ ਜੀ ਭਾਰਤ ਕੋ ਹਰ ਤਰ੍ਹਾਂ ਮਜਬੂਰ ਕੀਆ ਜਾ ਰਹਾ ਹੈ ਭਾਰਤ ਕੋ ਹਰ ਤਰ੍ਹਾਂ ਸੇ ਮਜਬੂਰ ਕੀਆ ਜਾ ਰਹਾ ਹੈ ਬਹੁਤ ਅੱਛਾ ਅਗਰ ਆਪਕੀ ਯਹੀ ਇੱਛਾ ਹੈ ਇਤਨੀ ਕਿਰਪਾ ਕੀਜੀਏ ਤਾਂ ਆਪ ਇਤਨੀ ਕਿਰਪਾ ਕੀਜੀਏ ਕਿ ਆਪਣੇ ਪਾਉ ਕੀ ਇਹ ਖੜਾ ਮੁਝੇ ਦੇ ਦੀਜੀਏ ਇਨਕੋ ਆਪਣੇ ਸਾਥ ਮੈਂ ਇਨਕੋ ਆਪਣੇ ਸਾਥ ਲੈ ਕੇ ਜਾਊਂਗਾ ਔਰ ਇਸੀ ਸੇ ਤਖਤ ਅਯੋਧਿਆ ਕਾ ਰਾਜ ਚਲਾਊਂਗਾ
ਇੱਥੋਂ ਦੇ ਨੌਜਵਾਨ ਤਾਂ ਬਹੁਤ ਜ਼ਿਆਦਾ ਟੈਲੈਂਟਡ ਨੇ। ਅਤੇ ਇਹ ਹੈ ਜੀ ਰਾਮਲੀਲਾ, ਜੋ ਕਿ ਸਾਡੇ ਦੇਸ਼ ਦੀ ਸਾਂਝੀ ਵਾਰਤਾ ਦੀ ਪ੍ਰਤੀਕ ਹੈ। ਪੂਰੇ ਦੇਸ਼ ਵੱਖੋ ਵੱਖਰੇ ਧਰਮਾਂ ਦੇ ਲੋਕ ਇਹ ਰਾਮਲੀਲਾ ਨੂੰ ਮਿਲ ਕੇ ਮਨਾਉਂਦੇ ਨੇ। ਅਤੇ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਇੱਕ ਪਿੰਡ 'ਚ ਤਾਂ ਰਾਮਲੀਲਾ ਦੇ ਸਾਰੇ ਕਿਰਦਾਰ ਨਿਭਾਉਣ ਵਾਲੇ ਮੁਸਲਮਾਨ ਨੇ। ਮੈਨੂੰ ਵੇਖ ਕੇ ਬੜੀ ਖੁਸ਼ੀ ਹੋਈ ਕਿ ਪਿੰਡ ਬਹਿਲੋਲਪੁਰ ਦੇ ਲੋਕਾਂ ਨੇ ਇਸ ਪਰੰਪਰਾ ਨੂੰ ਜਿਉਂਦਾ ਰੱਖਿਆ। ਇਹ ਵਾਕਈ ਕਾਬਿਲੇ ਤਾਰੀਫ ਗੱਲ ਹੈ। ਅੱਜ ਪਿੰਡ ਬਹਿਲੋਲਪੁਰ ਚੋਂ ਯਾਦਾਂ ਦਾ ਜੋ ਅੰਬਾਰ ਮੈਂ ਲਿਆਇਆ ਹਾਂ, ਉਹ ਸਾਰੀ ਉਮਰ ਮੇਰੇ ਜ਼ਿਹਨ 'ਚ ਮੌਜੂਦ ਰਹੇਗਾ। ਆਪਣੇਪਨ ਦੀ ਗੱਲ ਹੋਵੇ ਜਾਂ ਖੁਸ਼ੀਆਂ ਦਾ ਕੋਈ ਪਲ ਹੋਵੇ, ਗੀਤ ਹੋਵੇ, ਸੰਗੀਤ ਹੋਵੇ ਜਾਂ ਕੋਈ ਸੱਜਣਾ ਮੱਲ ਹੋਵੇ, ਮੇਰੇ ਕੋਲ ਹੈ ਬਾਕੀ ਜੋ ਕੁਝ ਵੀ। ਕੁਝ ਯਾਦਾਂ ਨੇ, ਕੁਝ ਤਸਵੀਰਾਂ ਨੇ। ਜਿਉਂਦਾ ਵੱਸਦਾ ਸਦਾ ਇਹ ਪਿੰਡ ਰਹੇ, ਭਾਵੇਂ ਅੱਜ ਹੋਵੇ ਭਾਵੇਂ ਕੱਲ੍ਹ ਹੋਵੇ। ਸਦੀਆਂ ਮਹਿਕਾਂ ਮੇਰੇ ਸਾਹਾਂ ਵਿੱਚ ਰਲੀਆਂ, ਮੇਰੇ ਪਿੰਡ ਦੀਆਂ ਗਲੀਆਂ